ਲੀਵ ਸਗੋਂ ਆਈ ਆ ਹਾਏ ਪਤਾ ਨਹੀਂ ਕਿੱਥੇ ਚਲ ਗਿਆ ਮੈਂ ਤੇ ਇੰਨੀ ਫਿਕਰ ਹੋਂਦੀ ਆ ਕਦੀ ਮੁੰਡਾ ਏ ਕਦੀ ਇਥੋਂ ਗਲੀ ਤੋਂ ਹੁਣ ਮੈਂ ਤਾਂ ਸ਼ੁਰੂ ਕਰਾਂ ਹਾਂ 1 ਭੈਣ ਜੀ ਬਸ ਇੱਥੇ ਗਲੀ ਤੱਕ ਹੀ ਜਾਂਦਾ ਹੁੰਦਾ ਸੀ ਤਾਈ ਕਹਿਣਾ ਹਾਂ ਸੱਚ ਸੌਰੀ 2 1 ਤਾਈ ਜੀ ਜਿਹਨੇ ਖੇਡਣਾ ਨਾ ਇੱਥੇ ਗਲੀ 'ਚ ਖੇਡਦੇ ਰਹਿਣਾ ਤੇ ਜਾਂ ਨਿਆਣੇ ਨੇ ਇੱਥੇ ਆ ਜਾਣਾ ਇੱਥੇ ਵਿੜੇ 'ਚ ਖੇਡਦੇ ਰਹਿਣਾ ਪਤਾ ਨਹੀਂ ਵੀ ਮੁੰਡਾ ਕਿੱਥੇ ਚਲ ਗਿਆ ਵਾ ਮੇਰੀ ਸੁਣ ਗੱਲ 2 1 ਪਤਾ ਨਹੀਂ ਉਹ ਕਿਹੜੇ ਹਾਲਾਤਾਂ 'ਚ ਹੋਊਗਾ 1 ਮਿੰਟ ਕਰੀ 2 1 ਪਤਾ ਨਹੀਂ ਉਹ ਕਿਹੜੇ ਹਾਲਾਤਾਂ 'ਚ ਹੁਣ ਬੈਠਾ ਹੋਣਾ ਵਾ ਵਿਚਾਰਾ ਪਰ ਉਹਨੇ ਕਿਹੜਾ ਕਿਸੇ ਦਾ ਮਾੜਾ ਕੀਤਾ ਸੀ ਇਹਦੇ ਲੱਗੇ ਸਾਡੇ 2 1 ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹਨੇ ਕਿਹੜਾ ਕਿਸੇ ਦਾ ਵਿਗਾੜ ਨਹੀਂ 3 2 1 ਲੱਭ ਜੇ ਰੱਬ ਦਾ ਜੀ ਆ ਤੇ ਜੇ ਨਾ ਲੱਭਾ ਤੇ ਰੁਪਿੰਦਰ ਦਾ ਕੀ ਬਣੂਗਾ ਚੱਲ ਇੱਕ ਵਾਰੀ ਫੇਰ ਕਿਤੇ ਮਾਰ ਕੇ ਵਾਜਾਂ ਵੁਜਾਂ ਵੇਖਦਾ ਸ਼ਾਇਦ ਲੱਭ ਹੀ ਪਏ ਕਿਤੇ ਹੁਣ ਉਹ ਗੱਲ ਫਿਰ ਵੀ ਉਹ ਮਾਂ ਹੀ ਉਹਦੇ ਕੋਲ ਰਿਹਾ ਨਹੀਂ ਜਾਣ ਡਿਆ ਹੈਗਾ ਸਾਰੇ ਲੱਭਣ ਡੇ 2 1 ਰੁਪਿੰਦਰ ਮੈਂ ਕਹਿੰਨੀ ਕਿਤੇ ਸੌਂ ਹੀ ਨਾ ਗਿਆ ਹੋਏ ਕਿਸੇ ਦੇ ਹੈਲੋ ਇਹ ਕਿ ਅਨਮਿਊਟ ਹੈ ਕਿ ਮਿਊਟ ਹੈ 2 1 ਘਰ ਨਹੀਂ ਕੋਈ ਵੀ ਹੈਗਾ ਆਹੋ ਹੀ ਟਾਈਮ ਆ ਚੱਲ ਜੋਗਾ ਸਿਆ ਵੇਖ ਲਾ ਕਰਕੇ ਜਬਨ ਆ ਚੱਲੀਏ ਤੈਨੂੰ ਨਾ ਉਹ ਉੱਥੇ ਹੱਡੀ ਖੜਾ ਕਰਕੇ ਆਹਾਂ ਪਤਾ ਭਲਾ ਇਹਨਾਂ ਕੋਲ ਹਾਂ ਵੇ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਸੋਨੂੰ ਕੀ ਕਰਨਾ ਖੜ ਕੇ ਕਿਸੇ ਨੇ ਮੈਨੂੰ ਤਾਂ ਯਾਰੋ ਨਿਆਣਾ ਜਿਹਾ ਮੁੰਡਾ ਵਿਚਾਰਾ ਉਹ ਕਿਹੜਾ ਕਿਸੇ ਨਾਲ ਕੋਈ ਲੜਿਆ ਵਾ ਜਾਂ ਕੋਈ ਉਹਦੇ ਨਾਲ ਕੋਈ ਵੱਧ ਘੱਟ ਤੇ ਚਾਚਾ 2 1 ਚਾਚਾ ਜੀ ਆਓ ਰੁਪਿੰਦਰ ਨੂੰ ਪੁੱਛ ਲੈਨੇ ਕਿਤੇ ਅੰਦਰ ਨਾਲ ਖੇਡਦਾ ਖੁੱਡਦਾ ਏ ਆ ਯਾਰ ਨਹੀਂ ਅੰਦਰ ਤੇ ਪਤਾ ਨਹੀਂ ਲੱਗਾ ਮੈਂ ਜਦ ਵੇਲੀ ਹੁਣ ਉਹਦੇ ਵੇਲੀ ਨਹੀਂ ਲੱਭਾ ਕਿਤੇ ਇਹ ਚਾਚਾ ਜੀ ਕਿੱਥੇ ਚਲ ਗਿਆ ਪਿੰਦਰ ਜੋਗਾ ਕਿੱਥੇ ਆ 2 1 ਪਿੰਦਰ ਜੋਗਾ ਕਿੱਥੇ ਆ ਉਹ ਇੱਥੇ ਹੋਣੇ ਬਾਪੂ ਜੀ ਬਾਹਰ ਨੂੰ ਗਏ ਕਿਤੇ ਉਹਦੇ ਨਾਲ ਤੇ 2 1 ਕਾਲੀ ਕਾਲੀ ਨਹੀਂ ਨਹੀਂ ਪਹਿਲਾਂ ਦੇਖ ਮੈਂ ਘਰ ਵੇਖ ਮੈਨੂੰ ਤੇ ਰਮਨ ਕੰਮ ਹੋਰ ਲੱਗਦਾ ਕੱਟ 3 2 1 ਮੇਰੀ ਗੱਲ ਸੁਣੋ ਮੇਰਾ ਕਹਿਣ ਨੂੰ ਜੀਤ ਨਹੀਂ ਕਰਦਾ ਜੋਬਨ ਉਹ ਜੋਬਨ ਮੁੰਡਾ ਗਿਆ ਕਿੱਥੇ ਆ ਜੋਬਨ ਇੱਧਰ ਤੇ ਉਦਾਂ ਜਾੜ ਬੜੀ ਆ ਜੇ ਤਗੜੇ ਹੋ ਗਏ ਸਹੀ ਹੁੰਦਾ ਸਾਰਾ ਕੁਝ ਜਰਾ ਕਿੱਥੇ ਚਲ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਤੇਰੇ ਹੁਣੀ ਗਏ ਆ ਜਾਂਦਾ ਹੁਣੇ 1 ਨਹੀਂ ਤਾਂ ਕੋਈ ਥਾਂ ਵੀ ਨਹੀਂ ਛੱਡਿਆ ਹੈਗਾ ਸਭ ਚੱਲ ਕੋਈ ਨਹੀਂ ਤੂੰ ਚੱਲ ਕਰ ਤੇ ਮੈਂ ਫਿਰ ਚਲੋ ਠੀਕ ਆ ਸੋਨੂੰ ਲੱਗਾ ਕੋਈ ਪਤਾ ਨਾ ਯਾਰ ਚਾਚਾ ਮੈਂ ਤਾਂ ਸਾਰੇ ਲੱਭ ਲੁੱਭ ਕੇ ਆ ਗਿਆ ਸੋਨੂੰ ਕੋ ਲੱਗਾ ਪਤਾ ਨਾ ਆਪਣਾ ਚਾਚਾ ਜੀ ਮੈਂ ਤਾਂ ਸਾਰੇ ਲੱਭ ਆਇਆ ਨਹੀਂ ਲੱਭਾ ਕਿਤੇ ਯਾਰ ਮੈਂ ਵੀ ਸਾਰਾ ਉਧਰ ਸੜਕਾਂ ਲਵੇ ਆਇਆ ਛਪੜੀ ਵੱਲ ਅੱਛਾ ਮੈਂ ਕਿਤੇ ਛਪੜੀ ਛੁਪੜੀ ਵੱਲ ਨਾ ਕਿਤੇ ਚਲ ਗਿਆ ਏ ਨਹੀਂ ਨਹੀਂ ਭਾਜੀ ਖਾਣਾ ਆਪਣਾ ਭਾਜੀ ਨਿਕਲ ਗਿਆ ਯਾਰ ਭਈ ਆ ਬਾਹਰ ਪਿਆ ਮੁੰਡਾ ਮੈਂ ਕਿੱਥੇ ਲਗਾਤਾ ਸੋਨੂੰ ਆਪਾਂ ਇਦਾਂ ਕੰਮ ਕਰੀਏ ਆਪਾਂ ਚੱਲੀਏ ਥਾਣੇ ਤੇ ਤਲਾਹ ਦੇਈਏ ਜਾ ਕੇ ਵੀ ਸਾਡਾ ਮੁੰਡਾ ਨਹੀਂ ਲੱਭਦਾ ਯਾਰ ਮੁੜ ਕੇ ਉਲਟਾ ਸਾਡੇ ਤੇ ਪੈ ਜਾਊਗਾ 2 1 ਚੱਲ ਬੋਲ 2 1 ਬਾਪੂ ਜੀ ਜੇ ਤੁਸੀਂ ਲਾਉਣਾ ਨਾ ਮੇਰਾ ਝੂਠਾ ਨਾ ਤੇ ਮੈਂ ਦੱਸਣਾ ਫਿਰ ਜਾ ਕੇ ਪਿੰਦਾ ਤੂੰ ਠੀਕ ਆ ਹੈਲੋ ਇਹ ਕਿ ਅਨਮਿਊਟ ਹੈ ਕਿ ਮਿਊਟ ਹੈ ਘਰ ਨਹੀਂ ਕੋਈ ਵੀ ਹੈਗਾ ਆਹੋ ਹੀ ਟਾਈਮ ਆ ਚੱਲ ਜੋਗਾ ਸਿਆ ਵੇਖ ਲਾ ਕਰਕੇ ਜਬਨ ਆ ਚੱਲੀਏ ਤੈਨੂੰ ਨਾ ਉਹ ਉੱਥੇ ਹੱਡੀ ਖੜਾ ਕਰਕੇ ਆਹਾਂ ਪਤਾ ਭਲਾ ਇਹਨਾਂ ਕੋਲ
हाँ वे ਮੈਨੂੰ ਤੇ ਰਮਨ ਕੰਮ ਹੋਰ ਲੱਗਦਾ ਮੇਰੀ ਗੱਲ ਸੁਣੋ ਮੇਰਾ ਕਹਿਣ ਨੂੰ ਜੀਤ ਨਹੀਂ ਕਰਦਾ ਜੋਬਨ ਉਹ ਜੋਬਨ ਮੁੰਡਾ ਗਿਆ ਕਿੱਥੇ ਆ ਜੋਬਨ ਇੱਦਾਂ ਤੇ ਉਦਾਂ ਜਾੜ ਬੜੀ ਆ ਜੇ ਤਗੜੇ ਹੋ ਗਏ ਸਹੀ ਦੰਦਾ ਸਾਰਾ ਬਿਚਾਰਾ ਕਿੱਥੇ ਚਲ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਤੇਰੇ ਹੁਣੀ ਗਏ ਆ ਜਾਂਦਾ ਹੁਣੇ 1 ਨਹੀਂ ਤਾਂ ਕੋਈ ਥਾਂ ਵੀ ਨਹੀਂ ਛੱਡਿਆ ਹੈਗਾ ਸਭ ਢੱਲੀ ਵੀ ਸਗੋਂ ਆਈ ਆ ਹਾਏ ਪਤਾ ਨਹੀਂ ਕਿੱਥੇ ਚਲ ਗਿਆ ਮੈਨੂੰ ਇੰਨੀ ਫਿਕਰ ਹੋਂਦੀ ਆ ਕਦੀ ਮੁੰਡਾ ਇਹ ਕਦੀ ਇਥੋਂ ਗਲੀ ਤੋਂ ਹੁਣ ਮੈਂ ਤਾਂ ਸ਼ੁਰੂ ਕਰਾਂ ਹਾਂ 1 ਭੈਣ ਜੀ ਬਸ ਇੱਥੇ ਗਲੀ ਤੱਕ ਹੀ ਜਾਂਦਾ ਹੁੰਦਾ ਸੀ ਤਾਈ ਕਹਿਣਾ ਹਾਂ ਸੱਚ ਸੌਰੀ 2 1 ਤਾਈ ਜੀ ਜੇ ਉਹਨੇ ਖੇਡਣਾ ਨਾ ਇੱਥੇ ਗਲੀ 'ਚ ਖੇਡਦੇ ਰਹਿਣਾ ਤੇ ਜਾਂ ਨਿਆਣੇ ਨੇ ਇੱਥੇ ਆ ਜਾਣਾ ਇੱਥੇ ਵਿਹੜੇ 'ਚ ਖੇਡਦੇ ਰਹਿਣਾ ਪਤਾ ਨਹੀਂ ਵੀ ਮੁੰਡਾ ਕਿੱਥੇ ਚਲ ਗਿਆ ਵਾ ਮੇਰੀ ਸੁਣ ਗੱਲ ਤੇ ਹੁਣ ਉਹ ਗੱਲ ਫਿਰ ਵੀ ਉਹ ਮਾਂ ਹੀ ਉਹਦੇ ਕੋ ਰਿਹਾ ਨਹੀਂ ਜਾਣ ਰਿਹਾ ਸਾਰੇ ਲੱਭਣ ਡੇ 2 1 ਹਰਪਿੰਦਰ ਮੈਂ ਕਹਿੰਦੀ ਕਿਤੇ ਸੌਂ ਹੀ ਨਾ ਗਿਆ ਹੋਏ ਕਿਸੇ ਦੇ ਚੱਲ ਕੋਈ ਨਹੀਂ ਤੂੰ ਚੱਲ ਕਰ ਤੇ ਮੈਂ ਫਿਰ ਚਲੋ ਠੀਕ ਆ ਸੋਨੂੰ ਲੱਗਾ ਕੋਈ ਪਤਾ ਨਾ ਯਾਰ ਚਾਚਾ ਮੈਂ ਤਾਂ ਸਾਰੇ ਲੱਭ ਲੁੱਭ ਕੇ ਆ ਗਿਆ ਸੋਨੂੰ ਕੋ ਲੱਗਾ ਪਤਾ ਨਾ ਆਪਣਾ ਚਾਚਾ ਜੀ ਮੈਂ ਤਾਂ ਸਾਰੇ ਲੱਭ ਆਇਆ ਨਹੀਂ ਲੱਭਾ ਕਿਤੇ ਯਾਰ ਮੈਂ ਵੀ ਸਾਰਾ ਉਧਰ ਸੜਕਾਂ ਲਵੇ ਹਾਂ ਛਪੜੀ ਵੱਲ ਅੱਛਾ ਮੈਂ ਕਿਤੇ ਛਪੜੀ ਛੁਪੜੀ ਵੱਲ ਨਾ ਕਿਤੇ ਚੱਲ ਗਿਆ ਏ ਨਹੀਂ ਨਹੀਂ ਭਾਜੀ ਖਾਣਾ ਆਪਣਾ ਭਾਜੀ ਨਿਕਲ ਗਿਆ ਯਾਰ ਬਾਹਰ ਪਿਆ ਮੁੰਡਾ ਮੈਂ ਕਿੱਥੇ ਲਗਾ ਤਾ ਸੋਨੂੰ ਆਪਾਂ ਇੱਦਾਂ ਕੰਮ ਕਰੀਏ ਆਪਾਂ ਚੱਲੀਏ ਥਾਣੇ ਤੇ ਤਲਾਹ ਦੇਈਏ ਜਾ ਕੇ ਵੀ ਸਾਡਾ ਮੁੰਡਾ ਨਹੀਂ ਲੱਭਦਾ ਯਾਰ ਮੁੜ ਕੇ ਉਲਟਾ ਸਾਡੇ ਤੇ ਪੈ ਜਾਊਗਾ 2 1 ਚੱਲ ਬੋਲ ਬਾਪੂ ਜੀ ਜੇ ਤੁਸੀਂ ਲਾਉਣਾ ਨਾ ਮੇਰਾ ਝੂਠਾ ਨਾ ਤੇ ਮੈਂ ਦੱਸਣਾ ਫਿਰ ਜਾ ਕੇ ਪੈਂਦਾ ਤੂੰ ਠੀਕ ਆ 2 1 ਪਤਾ ਨਹੀਂ ਉਹ ਕਿਹੜੇ ਹਾਲਾਤਾਂ 'ਚ ਹੋਊਗਾ 1 ਮਿੰਟ ਚਲੋ 2 1 ਪਤਾ ਨਹੀਂ ਉਹ ਕਿਹੜੇ ਹਾਲਾਤਾਂ 'ਚ ਹੁਣ ਬੈਠਾ ਹੋਣਾ ਵਾ ਵਿਚਾਰਾ ਪਰ ਉਹਨੇ ਕਿਹੜਾ ਕਿਸੇ ਦਾ ਮਾੜਾ ਕੀਤਾ ਸੀ ਰੁਪਿੰਦਰ ਦਾ ਕੀ ਬਣੂਗਾ ਚੱਲ ਇੱਕ ਵਾਰੀ ਫੇਰ ਕਿਤੇ ਮਾਰ ਕੇ ਵਾਜਾਂ ਵੂਜਾਂ ਵੇਖਦਾ ਸ਼ਾਇਦ ਲੱਭ ਹੀ ਪਏ ਕਿਤੇ